ਸੋ ਕੇਂਦਰ ਸਰਕਾਰ ਦਾ ਨਵਜੰਮੇ ਬੱਚਿਆਂ ਨੂੰ ਲੈ ਕੇ ਬੇਹੱਦ ਵੱਡਾ ਫੈਸਲਾ ਸਾਹਮਣੇ ਆ ਰਿਹਾ ਹੈ। ਨਵਜੰਮੇ ਬੱਚਿਆਂ ਦੇ ਰਜਿਸਟ੍ਰੇਸ਼ਨ ਦੇ ਵਿੱਚ ਜੋ ਨਵੇਂ ਨਿਯਮ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਦਰਜ ਕੀਤੇ ਜਾ ਰਹੇ ਹੈ। ਪਹਿਲਾਂ ਬੱਚੇ ਦੇ ਜੋ ਫਾਦਰ ਹੁੰਦੇ ਸੀ, ਪਿਤਾ ਹੁੰਦੇ ਸੀ, ਉਸਦਾ ਧਰਮ ਲਿਖਿਆ ਜਾਂਦਾ ਸੀਗਾ ਸਰਟੀਫਿਕੇਟ ਦੇ ਵਿੱਚ, ਪਰਿਵਾਰ ਦਾ ਲਿਖਿਆ ਜਾਂਦਾ ਸੀ, ਪਰ ਹੁਣ ਇੱਕ ਕੋਲਮ ਨਵਾਂ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਬੱਚੇ ਦੀ ਮਾਤਾ ਦਾ ਵੀ ਧਰਮ ਲਿਖਿਆ ਜਾਊਗਾ। ਅਗਲੇ ਪਾਸੇ ਜੇ ਕੋਈ ਬੱਚਾ ਉਹ ਗੋਦ ਲੈ ਰਿਹਾ ਅਤੇ ਉਸਦਾ ਵੀ ਪੂਰਾ ਲੇਖਾ ਜੋਖਾ, ਉਸਦੇ ਵੀ ਪਿਤਾ ਦਾ ਧਰਮ ਅਤੇ ਮਾਂ ਦਾ ਧਰਮ ਜਿਹੜਾ ਹੁਣ ਇਸ ਫਾਰਮ ਦੇ ਵਿੱਚ ਲਿਖਿਆ ਜਾਊਗਾ। ਸੋ ਬਿਲਕੁਲ ਜੇ ਤੁਹਾਡੇ ਘਰ ਦੇ ਵਿੱਚ ਕਿਲਕਾਰੀਆਂ ਵੱਜਣ ਵਾਲੀਆਂ ਜਾਂ ਫਿਰ ਰਜਿਸਟ੍ਰੇਸ਼ਨ ਜੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਹਾਂ ਤਾਂ ਇਸ ਚੀਜ਼ ਦਾ ਹੁਣ ਖਾਸ ਤੌਰ 'ਤੇ ਧਿਆਨ ਰੱਖਿਓ। ਇਹ ਖਬਰ ਬਿਲਕੁਲ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਦੋਂ ਪਹਿਲਾਂ ਸਿਰਫ ਪਿਤਾ ਦਾ ਧਰਮ ਹੀ ਲਿਖਿਆ ਜਾਂਦਾ ਸੀ ਅਤੇ ਹੁਣ ਮਾਂ ਦਾ ਧਰਮ ਵੀ ਇਸ ਫਾਰਮ ਦੇ ਵਿੱਚ ਲਿਖਿਆ ਜਾਊਗਾ। ਸੋ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਇਹ ਵੱਡਾ ਰੂਲ ਜਿਹੜਾ ਹੈਗਾ ਉਹ ਨਵਾਂ ਲਿਆ ਰਹੀ ਹੈ। ਇਸ ਦੇ ਨਾਲ ਨਾਲ ਇੱਕ ਜਾਣਕਾਰੀ ਜਿਹੜੀ ਹੈਗੀ ਹੈ ਹੋਰ ਵੀ ਤੁਹਾਨੂੰ ਦੇ ਦਿੰਦੇ ਹਾਂ। ਇਸ ਤੋਂ ਇਲਾਵਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਈਮੇਲ ID, ਇਹ ਚੀਜ਼ਾਂ ਵੀ ਹੁਣ ਦਰਜ ਕੀਤੀਆਂ ਜਾਣਗੀਆਂ। ਸੋ ਕੇਂਦਰ ਸਰਕਾਰ ਦਾ ਨਵਜੰਮੇ ਬੱਚਿਆਂ ਨੂੰ ਲੈ ਕੇ ਬੇਹੱਦ ਵੱਡਾ ਫੈਸਲਾ ਸਾਹਮਣੇ ਆ ਰਿਹਾ ਹੈ। ਨਵਜੰਮੇ ਬੱਚਿਆਂ ਦੇ ਰਜਿਸਟ੍ਰੇਸ਼ਨ ਦੇ ਵਿੱਚ ਜੋ ਨਵੇਂ ਨਿਯਮ ਜਿਹੜੇ ਹੈਗੇ ਆ ਉਹ ਕੇਂਦਰ ਸਰਕਾਰ ਦੇ ਵੱਲੋਂ ਦਰਜ ਕੀਤੇ ਜਾ ਰਹੇ ਹੈ। ਪਹਿਲਾਂ ਬੱਚੇ ਦੇ ਜੋ ਫਾਦਰ ਹੁੰਦੇ ਸੀ, ਪਿਤਾ ਹੁੰਦੇ ਸੀ, ਉਸਦਾ ਧਰਮ ਲਿਖਿਆ ਜਾਂਦਾ ਸੀਗਾ ਸਰਟੀਫਿਕੇਟ ਦੇ ਵਿੱਚ, ਪਰਿਵਾਰ ਦਾ ਲਿਖਿਆ ਜਾਂਦਾ ਸੀ, ਪਰ ਹੁਣ ਇੱਕ ਕੋਲਮ ਨਵਾਂ ਬਣਾ ਦਿੱਤਾ ਗਿਆ ਜਿਸ ਦੇ ਵਿੱਚ ਬੱਚੇ ਦੀ ਮਾਤਾ ਦਾ ਵੀ ਧਰਮ ਲਿਖਿਆ ਜਾਊਗਾ। ਅਗਲੇ ਪਾਸੇ ਜੇ ਕੋਈ ਬੱਚਾ ਉਹ ਗੋਦ ਲੈ ਰਿਹਾ ਅਤੇ ਉਸਦਾ ਵੀ ਪੂਰਾ ਲੇਖਾ ਜੋਖਾ, ਉਸਦੇ ਵੀ ਪਿਤਾ ਦਾ ਧਰਮ ਅਤੇ ਮਾਂ ਦਾ ਧਰਮ ਜਿਹੜਾ ਹੁਣ ਇਸ ਫਾਰਮ ਦੇ ਵਿੱਚ ਲਿਖਿਆ ਜਾਊਗਾ। ਸੋ ਬਿਲਕੁਲ ਜੇ ਤੁਹਾਡੇ ਘਰ ਦੇ ਵਿੱਚ ਕਿਲਕਾਰੀਆਂ ਵੱਜਣ ਵਾਲੀਆਂ ਜਾਂ ਫਿਰ ਰਜਿਸਟ੍ਰੇਸ਼ਨ ਜੇ ਤੁਸੀਂ ਵੀ ਕਰਵਾਉਣਾ ਚਾਹੁੰਦੇ ਹਾਂ ਤਾਂ ਇਸ ਚੀਜ਼ ਦਾ ਹੁਣ ਖਾਸ ਤੌਰ 'ਤੇ ਧਿਆਨ ਰੱਖਿਓ। ਇਹ ਖਬਰ ਬਿਲਕੁਲ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਦੋਂ ਪਹਿਲਾਂ ਸਿਰਫ ਪਿਤਾ ਦਾ ਧਰਮ ਹੀ ਲਿਖਿਆ ਜਾਂਦਾ ਸੀ ਅਤੇ ਹੁਣ ਮਾਂ ਦਾ ਧਰਮ ਵੀ ਇਸ ਫਾਰਮ ਦੇ ਵਿੱਚ ਲਿਖਿਆ ਜਾਊਗਾ। ਸੋ ਵੱਡੀ ਖਬਰ ਨਿਕਲ ਕੇ ਜੋ ਸਾਹਮਣੇ ਆ ਰਹੀ ਹੈ ਕਿ ਕੇਂਦਰ ਸਰਕਾਰ ਇਹ ਵੱਡਾ ਰੂਲ ਜਿਹੜਾ ਹੈਗਾ ਉਹ ਨਵਾਂ ਲਿਆ ਰਹੀ ਹੈ। ਇਸ ਦੇ ਨਾਲ ਨਾਲ ਇੱਕ ਜਾਣਕਾਰੀ ਜਿਹੜੀ ਹੈਗੀ ਹੈ ਹੋਰ ਵੀ ਤੁਹਾਨੂੰ ਦੇ ਦਿੰਦੇ ਹਾਂ। ਇਸ ਤੋਂ ਇਲਾਵਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ ਈਮੇਲ ID, ਇਹ ਚੀਜ਼ਾਂ ਵੀ ਹੁਣ ਦਰਜ ਕੀਤੀਆਂ ਜਾਣਗੀਆਂ।